ਲੁਧਿਆਣੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਗੁਰੂ ਘਰ ਦੇ ਵਿੱਚ ਜਿਹੜਾ ਸੋਲਰ ਪਲਾਂਟ ਲੱਗਿਆ, ਕੀ ਸੋਚਣੀ ਸੀ ਤੁਹਾਡੀ ਜਿਹੜਾ ਲਵਾਇਆ? ਵੀ ਜਿਹੜੀ ਉਹਦੀ ਬਿਜਲੀ ਦੇ ਬਿੱਲ ਦੀ ਬੱਚਤ ਹੋਣੀ ਹੈ, ਉਹ ਤੋਂ ਪੈਸੇ ਬਚਣੇ ਨੇ ਜਾਂ ਸਾਡੀ ਫੰਡਿੰਗ ਬਚਣੀ ਹੈ, ਉਹਨੂੰ ਅਸੀਂ ਪ੍ਰਚਾਰ ਦੇ ਕੰਮਾਂ ਵਾਸਤੇ ਯੂਜ ਕਰ ਸਕਦੇ ਹਾਂ, ਵੀ ਹੋਰ ਪ੍ਰਚਾਰ ਦੇ ਕੰਮ ਅਸੀਂ ਕਰ ਸਕਦੇ ਹਾਂ। ਉਸ ਵਾਸਤੇ ਅਸੀਂ ਕੋਸ਼ਿਸ਼ ਕੀਤੀ ਵੀ ਸੋਲਰ ਪਲਾਂਟ ਲਾਇਆ ਜਾਵੇ, ਫਿਰ ਸੰਗਤ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਅਤੇ ਅਸੀਂ ਇਹ ਪਹਿਲਾ ਸੋਲਰ ਪਲਾਂਟ ਗੁਰਦੁਆਰਾ ਘਰ 'ਚ ਸਥਾਪਿਤ ਕੀਤਾ। ਦੇਖੋ ਜੀ, ਪਹਿਲਾਂ ਸਾਡੀ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਸੀ ਕਦੇ 75,000, 80,000, 90,000 ਰੁਪਈਆ ਬਿਜਲੀ ਦਾ ਬਿੱਲ ਸਾਡਾ ਮਹੀਨੇ ਦਾ ਆਉਂਦਾ ਸੀਗਾ। ਹੁਣ ਉਹ ਸਾਡੇ ਸੋਲਰ ਪਲਾਂਟ ਲੱਗਣ ਨਾਲ ਮੇਰਾ ਖਿਆਲ ਵੀ 50% ਸਾਡੀ ਬਿਜਲੀ ਦੀ ਬੱਚਤ ਹੋਣੀ ਸ਼ੁਰੂ ਹੋ ਗਈ, ਮਤਲਬ 35-40,000 ਰੁਪਈਆ ਮਹੀਨਾ ਸਾਨੂੰ ਉਹ ਬਿਜਲੀ ਦੇ ਬਿੱਲ ਤੋਂ ਬਚ ਜਾਂਦਾ ਹੈ। ਉਹਨਾਂ ਸਾਡੀਆਂ ਦੇਖੋ ਜਿਵੇਂ ਅਸੀਂ ਤਨਖਾਹ ਦੇਣੀਆਂ ਨੇ ਸੇਵਾਦਾਰਾਂ ਦੀਆਂ, ਹੋਰ ਕੰਮ ਕਰਨੇ ਨੇ, ਰਾਗੀ ਸਿੰਘ ਆਉਂਦੇ ਆ ਉਹਨਾਂ ਨੂੰ ਸੇਵਾ ਦੇਣੀ ਹੁੰਦੀ ਹੈ, ਇਹ ਸਾਡੀ ਜਿਹੜੀ ਹੈ ਨਾ ਉਹਨਾਂ ਵਿੱਚੋਂ ਹੀ ਅਸੀਂ ਸੇਵ ਕਰ ਲੈਂਦੇ ਹਾਂ, ਉਹਨਾਂ ਵਿੱਚੋਂ ਹੀ ਹੋਣਾ ਸ਼ੁਰੂ ਹੋ ਜਾਂਦਾ। ਇਹ ਵੀ ਕਿਹਾ ਗਿਆ ਕਿ ਹੁਣ ਉੱਥੇ ਜਿਹੜੇ ਹੋਸਪਿਟਲਸ ਵੀ ਬਣਨਗੇ ਅਤੇ ਲਾਇਬ੍ਰੇਰੀਆਂ ਵੀ ਬਣਨਗੀਆਂ, ਉਹ ਅਸੀਂ ਗੁਰੂ ਘਰ ਦੇ ਵਿੱਚ ਸਾਡੇ ਨਾਲ ਨਾਲ ਦੀ ਜਗ੍ਹਾ ਗੌਰਮੈਂਟ ਨੂੰ ਅਸੀਂ ਪੁੱਡਾ ਨੂੰ ਅਪਲਾਈ ਕੀਤਾ ਹੋਇਆ ਵੀ ਸਾਨੂੰ ਉਹ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਏਰੀਏ ਦੇ ਵਾਸਤੇ ਵਧੀਆ ਹੋਸਪਿਟਲ ਬਣਾ ਕੇ ਦੇਵਾਂਗੇ, ਕਾਰ ਪਾਰਕਿੰਗ ਵਿੱਚ ਬਣਾਵਾਂਗੇ, ਅਤੇ ਤਾਂ ਕਿ ਆਲੇ ਦੁਆਲੇ ਦੇ ਜਿਹੜੇ ਸਾਡੀ ਸੰਗਤ ਆ, ਆਲੇ ਸਾਡੇ ਲੋਕ ਨੇ ਇਸ ਏਰੀਏ ਦੇ, ਉਹਨਾਂ ਨੂੰ ਸਹੂਲਤ ਮਿਲ ਸਕੇ ਮੈਡੀਕਲ ਦੀ, ਅਸੀਂ ਫ੍ਰੀ ਕਰਾਂਗੇ ਔਰ ਵਧੀਆ ਹੋਸਪਿਟਲ ਬਣਾ ਕੇ ਦੇਵਾਂਗੇ। ਸਰ, ਜੇ ਗੱਲ ਕਰੀਏ ਲੋਕਾਂ ਦਾ ਬੜਾ ਫਾਇਦਾ ਵੀ ਹੋਣ ਵਾਲਾ ਹੈ ਅਤੇ ਗੁਰੂ ਘਰ ਮੱਥਾ ਟੇਕਣ ਆਉਣਗੇ ਅਤੇ ਕਈ ਜਿਹੜੇ ਰਾਗੀ ਵੀ ਬਾਹਰੋਂ ਆਉਂਦੇ ਨੇ ਵੀ ਕਾਫੀ ਦੇਖਿਆ ਗਿਆ ਹੈ, ਉਹਦੇ 'ਚ ਇਹ ਆ ਵੀ ਜਿਵੇਂ ਹੁਣ ਸਾਨੂੰ ਜਗ੍ਹਾ ਮਿਲ ਜਾਂਦੀ ਆ ਅਤੇ ਸੰਗਤ ਵੀ ਆਉਂਦੀ ਆ, ਮੱਥਾ ਟੇਕਣ ਆਉਂਦੀ ਆ, ਇੱਕ ਤਾਂ ਸੰਗਤ ਦਾ ਸਹਿਯੋਗ ਮਿਲੇਗਾ, ਇੱਕ ਜਿਹਨੇ ਰਾਗੀ ਸਿੰਘ ਸਾਡੇ ਕੋਲ ਬਾਹਰੋਂ ਦਰਬਾਰ ਸਾਹਿਬ ਤੋਂ ਆਉਂਦੇ ਨੇ ਉਹਨਾਂ ਨੂੰ ਠਹਿਰਨ ਵਾਸਤੇ ਸੁਵਿਧਾ ਸਾਡੇ ਕੋਲ ਅਜੇ ਨਹੀਂ ਹੈ, ਉਹ ਵੀ ਸਾਡੀ ਕੋਸ਼ਿਸ਼ ਆ ਵੀ ਉਹਨਾਂ ਨੂੰ ਠਹਿਰਨ ਵਾਸਤੇ ਅਸੀਂ ਰੂਮ ਤਿਆਰ ਕਰੀਏ ਤਾਂ ਕਿ ਉੱਥੇ ਆ ਕੇ ਸਾਡੇ ਕੋਲ ਨਾਈਟ ਸਟੇਅ ਕਰ ਸਕਣ। ਆਮ ਲੋਕਾਂ ਨੂੰ ਇਹ ਫਾਇਦਾ ਹੁੰਦਾ, ਇੱਕ ਤਾਂ ਗੁਰਬਾਣੀ ਨਾਲ ਜੁੜ ਜਾਣਗੇ, ਪ੍ਰਚਾਰ ਦਾ ਕੰਮ ਹੋਊਗਾ, ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਵਿੱਚ ਕੀ ਲਿਖਿਆ ਹੈ। ਨੰਬਰ 2, ਜਿਵੇਂ ਹੋਸਪਿਟਲ ਚਾਲੂ ਹੋ ਗਿਆ, ਉੱਥੇ ਹੋਰ ਕਈ ਤਰ੍ਹਾਂ ਦੇ ਡਾਕਟਰ ਆਉਣਗੇ, ਜਿਹੜਾ ਕਿ ਹਰੇਕ ਤਰ੍ਹਾਂ ਦੀ ਸਾਡੀ ਕੋਸ਼ਿਸ਼ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ, ਸਿਟੀ ਹੈਡਲਾਈਨ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦੱਸ ਦਈਏ, ਲੁਧਿਆਣਾ ਸ਼ਹਿਰ ਦੇ ਵਿੱਚ ਪਹਿਲੀ ਵਾਰ ਗੁਰੂ ਘਰ ਦੇ ਵਿੱਚ ਬਿਜਲੀ ਦੀ ਖਪਤ ਨੂੰ ਦੇਖਦੇ ਹੋਏ ਇੱਕ ਸੋਲਰ ਪਲਾਂਟ ਜਿਹੜਾ ਸਥਾਪਿਤ ਕੀਤਾ ਗਿਆ ਹੈ, ਅਤੇ ਤੁਹਾਨੂੰ ਦੱਸ ਦਈਏ ਕਿਵੇਂ ਇਸ ਬਿਜਲੀ ਦੀ ਖਪਤ ਜਿਹੜੀ ਹੁਣ ਸੋਲਰ ਪਲਾਂਟ ਤੋਂ ਹੋਏਗੀ ਅਤੇ ਉਸਦਾ ਬੱਚਤ ਜਿਹੜੀ ਹੋਏਗੀ, ਉਸ ਤੋਂ ਬਾਅਦ ਜਿਹੜਾ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਜਿਹੜਾ ਕਾਫੀ ਕੁਝ ਜਿਹੜਾ ਬਿਜਲੀ ਦੀ ਬੱਚਤ ਹੋਏਗੀ, ਉਸ ਦੇ ਨਾਲ ਜਿਹੜਾ ਕੁਛ ਸੇਵਾ ਵੀ ਕੀਤੀ ਜਾ ਸਕੇਗੀ। ਸਾਡੇ ਨਾਲ ਮੌਜੂਦ ਨੇ ਸਰ, ਕਿਵੇਂ ਲੁਧਿਆਣੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਗੁਰੂ ਘਰ ਦੇ ਵਿੱਚ ਜਿਹੜਾ ਸੋਲਰ ਪਲਾਂਟ ਲੱਗਿਆ, ਕੀ ਸੋਚਣੀ ਸੀ ਤੁਹਾਡੀ ਜਿਹੜਾ ਲਵਾਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਵਿੰਦਰ ਸਿੰਘ ਬੈਨੀਪਾਲ, ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਸਟੇਟ ਸ਼੍ਰੀ ਸਮਾਨ ਲੁਧਿਆਣਾ ਦੁਗਰੀ। ਸਾਡੀ ਇਹ ਸੋਚਣੀ ਸੀ ਵੀ ਜਿਹੜਾ ਅਸੀਂ ਸੋਲਰ ਪਲਾਂਟ ਲਾਉਣਾ ਵੀ ਨਾਲੇ ਤਾਂ ਬਿਜਲੀ ਦੀ ਖਪਤ ਸਾਡੀ ਘੱਟਦੀ ਹੈ, ਬਿਜਲੀ ਦੇ ਬਿੱਲ ਦੀ ਬੱਚਤ ਹੁੰਦੀ ਹੈ, ਵੀ ਜਿਹੜੀ ਉਹਦੀ ਬਿਜਲੀ ਦੇ ਬਿੱਲ ਦੀ ਬੱਚਤ ਹੋਣੀ ਹੈ, ਉਹ ਤੋਂ ਪੈਸੇ ਬਚਣੇ ਨੇ ਜਾਂ ਸਾਡੀ ਫੰਡਿੰਗ ਬਚਣੀ ਹੈ, ਉਹਨੂੰ ਅਸੀਂ ਪ੍ਰਚਾਰ ਦੇ ਕੰਮਾਂ ਵਾਸਤੇ ਯੂਜ ਕਰ ਸਕਦੇ ਹਾਂ, ਵੀ ਹੋਰ ਪ੍ਰਚਾਰ ਦੇ ਕੰਮ ਅਸੀਂ ਕਰ ਸਕਦੇ ਹਾਂ। ਉਸ ਵਾਸਤੇ ਅਸੀਂ ਕੋਸ਼ਿਸ਼ ਕੀਤੀ ਵੀ ਸੋਲਰ ਪਲਾਂਟ ਲਾਇਆ ਜਾਵੇ, ਫਿਰ ਸੰਗਤ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਅਤੇ ਅਸੀਂ ਇਹ ਪਹਿਲਾ ਸੋਲਰ ਪਲਾਂਟ ਗੁਰਦੁਆਰਾ ਘਰ 'ਚ ਸਥਾਪਿਤ ਕੀਤਾ ਲੁਧਿਆਣੇ ਸ਼ਹਿਰ। ਹਾਂ, ਲੁਧਿਆਣੇ ਸ਼ਹਿਰ 'ਚ। ਸਰ, ਇਹ ਵੀ ਕਿਹਾ ਗਿਆ ਕਿ ਹੁਣ ਉੱਥੇ ਜਿਹੜੇ ਹੋਸਪਿਟਲਸ ਵੀ ਬਣਨਗੇ ਅਤੇ ਲਾਇਬ੍ਰੇਰੀਆਂ ਵੀ ਬਣਨਗੀਆਂ, ਉਹ ਅਸੀਂ ਗੁਰੂ ਘਰ ਦੇ ਵਿੱਚ ਸਾਡੇ ਨਾਲ ਨਾਲ ਦੀ ਜਗ੍ਹਾ ਗੌਰਮੈਂਟ ਨੂੰ ਅਸੀਂ ਪੁੱਡਾ ਨੂੰ ਅਪਲਾਈ ਕੀਤਾ ਹੋਇਆ ਵੀ ਸਾਨੂੰ ਉਹ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਏਰੀਏ ਦੇ ਵਾਸਤੇ ਮਤਲਬ ਫ੍ਰੀ ਸੇਵਾ ਸੰਗਤ ਦੀ ਕਰਨ ਵਾਸਤੇ ਵੀ ਹੋਸਪਿਟਲ ਦੀ ਵਧੀਆ ਹੋਸਪਿਟਲ ਬਣਾ ਕੇ ਦੇਵਾਂਗੇ,
ਕਾਰ ਪਾਰਕਿੰਗ ਵਿੱਚ ਬਣਾਵਾਂਗੇ ਅਤੇ ਤਾਂ ਕਿ ਆਲੇ ਦੁਆਲੇ ਦੇ ਜਿਹੜੇ ਸਾਡੀ ਸੰਗਤ ਆ ਆਲੇ ਸਾਡੇ ਲੋਕ ਨੇ ਇਸ ਏਰੀਏ ਦੇ ਉਹਨਾਂ ਨੂੰ ਸਹੂਲਤ ਮਿਲ ਸਕੇ ਮੈਡੀਕਲ ਦੀ, ਅਸੀਂ ਫ੍ਰੀ ਕਰਾਂਗੇ ਔਰ ਵਧੀਆ ਹੋਸਪਿਟਲ ਬਣਾ ਕੇ ਦੇਵਾਂਗੇ। ਸਰ ਜੇ ਗੱਲ ਕਰੀਏ ਲੋਕਾਂ ਦਾ ਬੜਾ ਫਾਇਦਾ ਵੀ ਹੋਣ ਵਾਲਾ ਹੈ ਅਤੇ ਗੁਰੂ ਘਰ ਮੱਥਾ ਟੇਕਣ ਆਉਣਗੇ ਅਤੇ ਕਈ ਜਿਹੜੇ ਰਾਗੀ ਵੀ ਬਾਹਰੋਂ ਆਉਂਦੇ ਨੇ ਵੀ ਕਾਫੀ ਦੇਖਿਆ ਗਿਆ ਹੈ। ਉਹਦੇ 'ਚ ਇਹ ਆ ਵੀ ਜਿਵੇਂ ਹੁਣ ਸਾਨੂੰ ਜਗ੍ਹਾ ਮਿਲ ਜਾਂਦੀ ਆ ਅਤੇ ਸੰਗਤ ਵੀ ਆਉਂਦੀ ਆ ਮੱਥਾ ਟੇਕਣ ਆਉਂਦੀ ਆ, ਇੱਕ ਤਾਂ ਸੰਗਤ ਦਾ ਸਹਿਯੋਗ ਮਿਲੇਗਾ, ਇੱਕ ਜਿੰਨੇ ਰਾਗੀ ਸਿੰਘ ਸਾਡੇ ਕੋਲ ਬਾਹਰੋਂ ਦਰਬਾਰ ਸਾਹਿਬ ਤੋਂ ਆਉਂਦੇ ਨੇ ਉਹਨਾਂ ਨੂੰ ਠਹਿਰਨ ਵਾਸਤੇ ਸੁਵਿਧਾ ਸਾਡੇ ਕੋਲ ਅਜੇ ਨਹੀਂ ਹੈ, ਉਹ ਵੀ ਸਾਡੀ ਕੋਸ਼ਿਸ਼ ਆ ਵੀ ਉਹਨਾਂ ਨੂੰ ਠਹਿਰਨ ਵਾਸਤੇ ਅਸੀਂ ਰੂਮ ਤਿਆਰ ਕਰੀਏ ਤਾਂ ਕਿ ਉੱਥੇ ਆ ਕੇ ਸਾਡੇ ਕੋਲ ਨਾਈਟ ਸਟੇਅ ਕਰ ਸਕਣ, ਤਾਂ ਕਿ ਕਈ ਵਾਰ ਰਾਤ ਨੂੰ ਹਨੇਰੇ ਸਵੇਰੇ ਰਾਤ ਪ੍ਰੋਗਰਾਮ ਚੱਲਦੇ ਨੇ ਅਤੇ ਧੁੰਦ ਦੇ ਕਾਰਨ ਅਤੇ ਉਹ ਨਹੀਂ ਜਾ ਸਕਦੇ ਅਤੇ ਉਹਨਾਂ ਨੂੰ ਰਹਿਣ ਦਾ ਇੰਤਜ਼ਾਮ ਵੀ ਅਸੀਂ ਕਰਨਾ ਪੂਰਾ ਦੇਵਾਂਗੇ ਵੀ ਇੱਥੇ ਫੈਸਿਲਿਟੀ ਦੇਵਾਂਗੇ ਵੀ ਉਹ ਰਹਿ ਸਕਣ ਇੱਥੇ ਆ ਕੇ। ਸਰ ਆਮ ਲੋਕਾਂ ਨੂੰ ਕੀ ਕੁਛ ਫਾਇਦਾ ਹੋਣ ਵਾਲਾ ਹੈ ਇਸ ਗੁਰੂ ਘਰ ਦੇ ਵਿੱਚ ਆ ਕੇ? ਆਮ ਲੋਕਾਂ ਨੂੰ ਇਹ ਫਾਇਦਾ ਹੁੰਦਾ, ਇੱਕ ਤਾਂ ਗੁਰਬਾਣੀ ਨਾਲ ਜੁੜ ਜਾਣਗੇ, ਪ੍ਰਚਾਰ ਦਾ ਕੰਮ ਹੋਊਗਾ, ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਵਿੱਚ ਕੀ ਲਿਖਿਆ ਹੈ। ਨੰਬਰ 2, ਜਿਵੇਂ ਹੋਸਪਿਟਲ ਚਾਲੂ ਹੋ ਗਿਆ ਉੱਥੇ ਹੋਰ ਕਈ ਤਰ੍ਹਾਂ ਦੇ ਡਾਕਟਰ ਆਉਣਗੇ, ਜਿਹੜਾ ਕਿ ਹਰੇਕ ਤਰ੍ਹਾਂ ਦੀ ਸਾਡੀ ਕੋਸ਼ਿਸ਼ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ, ਕੋਈ ਵੀ ਹਰ ਤਰ੍ਹਾਂ ਡਾਕਟਰ ਉੱਥੇ ਰੱਖਿਆ ਜਾਵੇ ਤਾਂ ਕਿ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ, ਫ੍ਰੀ ਮੈਡੀਕਲ ਚੈੱਕਅਪ ਹੋ ਸਕਣ ਅਤੇ ਸਾਡੀ ਹੋਰ ਵੀ ਕੋਸ਼ਿਸ਼ ਇੱਕ ਲਾਇਬ੍ਰੇਰੀ ਵੀ ਨਾਲ ਤਿਆਰ ਕੀਤੀ ਜਾਵੇ ਅਤੇ ਸੰਗਤ ਦਾ ਹਰ ਪੱਖੋਂ ਉਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ। ਸਰ ਲਾਇਬ੍ਰੇਰੀ ਬਿਲਕੁਲ ਉਹ ਵੀ ਫ੍ਰੀ ਹੋਏਗੀ? ਹਾਂਜੀ, ਸਾਰਾ ਅਸੀਂ ਕੋਈ ਚਾਰਜੇਬਲ ਨਹੀਂ ਰੱਖਣਾ, ਆ ਇਹ ਸੰਗਤ ਦੇ ਸਹਿਯੋਗ ਨਾਲ ਹੀ ਚੱਲਣਾ, ਜੋ ਸੰਗਤ ਨਾਲ ਸਹਿਯੋਗ ਕਰਨਾ ਉਹਦੇ ਨਾਲ ਅਸੀਂ ਸਾਰਾ ਕੁਝ ਬਣਾਉਣਾ, ਉਹਦੇ ਸਹਿਯੋਗ ਨਾਲ ਹੀ ਬਣਨਾ। ਅਤੇ ਜਿਵੇਂ ਹੁਣ ਅਸੀਂ ਪਹਿਲਾਂ ਸੋਲਰ ਪਲਾਂਟ ਲਾਇਆ, ਫਿਰ ਗੁਰੂ ਘਰ ਦੇ ਵਿੱਚ ਕਾਰਪੇਟ, ਅਸੀਂ ਕਾਰਪੇਟ ਦੀ ਸੇਵਾ ਉਹ ਵੀ ਸੰਗਤ ਨੇ ਲਈ, ਸਟੇਜ ਤਿਆਰ ਕੀਤੀ ਅਤੇ ਜੋੜਾ ਘਰ ਬਣਾਇਆ, ਇਹ ਸਾਰੀਆਂ ਚੀਜ਼ਾਂ ਸੰਗਤ ਦੇ ਸਹਿਯੋਗ ਨਾਲ ਹੀ ਬਣਦੀਆਂ, ਸੰਗਤ ਸਹਿਯੋਗ ਕਰਦੀ ਹੈ ਤਾਂ ਹੀ ਡਿਵੈਲਪਮੈਂਟ ਹੁੰਦੀ ਹੈ। ਜੇ ਹੋਸਪਿਟਲ ਦੀ ਗੱਲ ਕਰੀਏ, ਹੋਸਪਿਟਲ ਦੀ ਵੀ ਸੇਵਾ ਬਿਲਕੁਲ ਫ੍ਰੀ ਹੋਏਗੀ ਲੋਕਾਂ? ਹਾਂਜੀ ਬਿਲਕੁਲ ਬਿਲਕੁਲ, ਸੰਗਤ ਵਾਸਤੇ ਬਿਲਕੁਲ ਫ੍ਰੀ ਰੱਖਾਂਗੇ, ਉਹ ਚੈੱਕਅਪ ਸਾਰੇ ਫ੍ਰੀ ਹੋਣਗੇ ਅਤੇ ਹਰ ਤਰ੍ਹਾਂ ਦੀ ਮਸ਼ੀਨ ਦੀ ਸਾਡੀ ਜਿਹੜੀ ਕੋਸ਼ਿਸ਼ ਆ ਵੀ ਵਧੀਆ ਤੋਂ ਵਧੀਆ ਅਸੀਂ ਬਣਾ ਕੇ ਦਈਏ, ਤਾਂ ਕਿ ਸੰਗਤ ਨੂੰ ਬਾਹਰ ਵੱਡੇ ਮਹਿੰਗੇ ਹੋਸਪਿਟਲਾਂ ਜਾਣ ਦੀ ਲੋੜ ਨਾ ਪਵੇ, ਕਿਉਂਕਿ ਬਾਹਰ ਹੋਸਪਿਟਲਾਂ ਮਹਿੰਗੇ ਹੋਸਪਿਟਲਾਂ 'ਚ ਜਾਂਦੇ ਆ ਨਾ, ਹਰ ਬੰਦਾ ਇਲਾਜ ਨਹੀਂ ਕਰਾ ਸਕਦਾ, ਅੱਜ ਕੱਲ੍ਹ ਬਹੁਤ ਇਲਾਜ ਮਹਿੰਗੇ ਨੇ, ਬਹੁਤ ਜ਼ਿਆਦਾ ਉੱਥੇ ਮਤਲਬ ਬਿੱਲ ਆਉਂਦੇ ਨੇ ਅਤੇ ਹਰ ਬੰਦਾ ਉੱਥੇ ਜਾ ਕੇ ਇਲਾਜ ਨਹੀਂ ਕਰਾ ਸਕਦਾ, ਇਸ ਕਰਕੇ ਸਾਡੀ ਕੋਸ਼ਿਸ਼ ਆ ਵੀ ਲੋਕਾਂ ਵਾਸਤੇ ਸੰਗਤ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਹੋਣੀ ਚਾਹੀਦੀ ਹੈ। ਸਰ ਬਿਜਲੀ ਕਿੰਨੀ ਕੁ ਜਿਹੜੀ ਖਪਤ ਹੋ ਜਾਂਦੀ ਸੀਗੀ ਅਤੇ ਉਸ ਤੋਂ ਬਾਅਦ ਜਿਹੜਾ ਸੋਲਰ ਪਲਾਂਟ ਲਗਾ ਤਾਂ ਕਿੰਨਾ ਕੁ ਜਿਹੜਾ ਬੱਚਤ ਹੋਏਗਾ ਅਤੇ ਹੁਣ ਕੀ ਕੁਛ ਉਸ ਦੇ ਨਾਲ ਹੋਏਗਾ? ਦੇਖੋ ਜੀ, ਪਹਿਲਾਂ ਸਾਡੀ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਸੀ ਕਦੇ 75,000, 80,000, 90,000 ਰੁਪਏ ਬਿਜਲੀ ਦਾ ਬਿੱਲ ਸਾਡਾ ਮਹੀਨੇ ਦਾ ਆਉਂਦਾ ਸੀਗਾ, ਹੁਣ ਉਹ ਸਾਡੇ ਸੋਲਰ ਪਲਾਂਟ ਲੱਗਣ ਨਾਲ ਮੇਰਾ ਖਿਆਲ ਵੀ 50% ਸਾਡੀ ਬਿਜਲੀ ਦੀ ਬੱਚਤ ਹੋਣੀ ਸ਼ੁਰੂ ਹੋ ਗਈ, ਮਤਲਬ 35-40,000 ਰੁਪਈਆ ਮਹੀਨਾ ਸਾਨੂੰ ਉਹ ਬਿਜਲੀ ਦੇ ਬਿੱਲ ਤੋਂ ਬਚ ਜਾਂਦਾ ਹੈ। ਉਹਨਾਂ ਸਾਡੀਆਂ ਦੇਖੋ ਜਿਵੇਂ ਅਸੀਂ ਤਨਖਾਹ ਦੇਣੀਆਂ ਨੇ ਸੇਵਾਦਾਰਾਂ ਦੀਆਂ, ਹੋਰ ਕੰਮ ਕਰਨੇ ਨੇ, ਰਾਗੀ ਸਿੰਘ ਆਉਂਦੇ ਆ ਉਹਨਾਂ ਨੂੰ ਸੇਵਾ ਦੇਣੀ ਹੁੰਦੀ ਆ, ਇਹ ਸਾਡੀ ਜਿਹੜੀ ਆ ਨਾ ਉਹਨਾਂ ਵਿੱਚੋਂ ਹੀ ਅਸੀਂ ਸੇਵ ਕਰ ਲੈਂਦੇ ਹਾਂ, ਉਹਨਾਂ ਵਿੱਚੋਂ ਹੀ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਿਵੇਂ ਹੁਣ ਲੰਗਰ ਆ, ਪਹਿਲਾਂ ਗੁਰੂ ਘਰ ਦੇ ਵਿੱਚ ਲੰਗਰ ਸਾਡੇ ਚੱਲਦਾ ਨਹੀਂ ਸੀਗਾ, ਫਿਰ ਅਸੀਂ ਹੁਣ ਡੇਲੀ ਲੰਗਰ ਚੱਲਦਾ ਸੰਗਤ ਵਾਸਤੇ, ਰਾਤ ਨੂੰ ਕੋਈ ਵੀ ਬੰਦਾ ਆ ਕੇ ਪ੍ਰਸ਼ਾਦਾ ਛੱਕ ਕੇ, ਸਾਡੀ ਕੋਸ਼ਿਸ਼ ਆ ਵੀ ਜਿਹੜੇ ਸਾਡੇ ਨੇੜੇ ਤੇੜੇ ਏਰੀਏ ਦੇ ਲੋਕ ਨੇ, ਗਰੀਬ ਲੋਕ ਨੇ, ਜਿਨ੍ਹਾਂ ਨੂੰ ਰਾਤ ਨੂੰ ਭੁੱਖੇ ਸੌਂਦੇ ਨੇ ਜਾਂ ਉਹਨੂੰ ਰੋਟੀ ਨਹੀਂ ਹੁੰਦਾ, ਅਤੇ ਉਹ ਸਾਡੇ ਕੋਲ ਕੋਈ ਵੀ ਸਾਡਾ ਸਰੀਰ ਇੱਥੇ ਭੁੱਖਾ ਨਾ ਸੌਵੇ, ਹਰ ਬੰਦੇ ਰੋਟੀ ਮਿਲੇ, ਇਹ ਸਾਡੀ ਕੋਸ਼ਿਸ਼ ਆ ਵੀ ਹਰ ਤਰ੍ਹਾਂ ਦੇ ਕੋਈ ਸਾਡੇ ਗੁਰਦੁਆਰਾ ਸਾਹਿਬ ਜਾ ਕੇ ਕੋਈ ਵੀ ਬੰਦਾ ਪ੍ਰਸ਼ਾਦਾ ਛੱਕ ਸਕਦਾ। ਸਰ ਕਹਿ ਸਕਦੇ ਹਾਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਹਿਲਾ ਐਸਾ ਪ੍ਰੋਜੈਕਟ ਹੈਗਾ ਸੋਲਰ ਪਲਾਂਟ ਦਾ ਜਿਹੜਾ ਗੁਰੂ ਘਰ ਦੇ ਵਿੱਚ ਲੱਗਿਆ? ਹਾਂਜੀ, ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੀਂ ਹੀ ਇੱਥੇ ਇੰਸਟਾਲ ਕੀਤਾ ਸੀਗਾ, ਉਸ ਤੋਂ ਹੁਣ ਦੇਖ ਦੇਖ ਕੇ ਲੋਕਾਂ ਨੂੰ ਪਤਾ ਲੱਗਿਆ ਵੀ ਬੜੀ ਸੇਵਿੰਗ ਆ,
ਫਾਇਦਾ ਹੁੰਦਾ। ਹੁਣ ਕਈ ਹੋਰ ਗੁਰੂ ਘਰ ਲਾ ਰਹੇ ਨੇ, ਹਾਂਜੀ, ਦੇਖ ਦੇਖ ਕੇ ਫਿਰ ਸਿਸਟਮ ਚਾਲੂ ਹੋ ਜਾਂਦਾ ਅਤੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਫਾਇਦੇ ਨੇ, ਇਹ ਸਿਸਟਮ ਇੱਕ ਇਨਕਮ ਚੱਲਦਾ। ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਇਹ ਸੋਲਰ ਸਿਸਟਮ ਵਿੱਚ ਕੀ ਹੁੰਦਾ ਕੀ ਆ, ਉਹ ਇਹ ਹੁੰਦਾ ਸੀ ਬੈਟਰੀਆਂ ਲੱਗਦੀਆਂ ਨੇ ਬੜੀਆਂ ਮਹਿੰਗੀਆਂ ਨੇ ਜੀ, ਬੈਟਰੀਆਂ ਬਦਲਣੀਆਂ ਪੈਣਗੀਆਂ 5 ਸਾਲ ਬਾਅਦ, ਇਨਵਰਟਰ ਲਾ ਲੈਂਦੇ ਸੀ ਬੜਾ, ਉਹ ਇਸ ਕਰਕੇ ਲੋਕ ਲਾਉਂਦੇ ਨਹੀਂ ਸੀਗੇ। ਹੁਣ ਅਸੀਂ ਜਦੋਂ ਲਾਇਆ ਦੇਖਿਆ ਤਾਂ ਪਤਾ ਲੱਗਿਆ ਬਈ ਇਹਨਾਂ ਦੀ ਕੋਈ ਰਿਪੇਅਰ ਨਹੀਂ ਹੈ, ਕੋਈ ਮੇਨਟੇਨੈਂਸ ਨਹੀਂ, 25 ਸਾਲ ਦੀ ਸਾਡੀ ਗਰੰਟੀ ਹੈ। ਔਰ ਇੱਕ ਵਾਰ ਇਸ ਅਸੀਂ ਫੰਡ ਲਾ ਤੇ ਅਤੇ ਹੁਣ ਸਾਨੂੰ ਗਾਹਾਂ ਸਿਰਫ ਇਹਦੀ ਮੇਨਟੇਨੈਂਸ ਆ, ਸਾਫ਼ ਸਫਾਈ ਦਾ ਕੰਮ ਵੀ ਜਿਹੜਾ ਅਸੀਂ ਹਰ ਮਹੀਨੇ 15 ਜਾਂ 20 ਦਿਨ ਬਾਅਦ ਕਰਾ ਦਿੰਦੇ ਹਾਂ ਅਤੇ ਕਾਫ਼ੀ ਸਾਡੀ ਇਹਦੀ ਬੱਚਤ ਹੁੰਦੀ ਹੈ। ਸਰ ਅੱਗੇ ਵਾਸਤੇ ਹੋਰ ਕੀ ਕੁਛ ਰਹੇਗਾ ਵੀ ਗੁਰਦੁਆਰੇ ਦੇ ਵਿੱਚ, ਹੋਰ ਕੀ ਕੁਛ ਫੈਸਿਲਿਟੀਜ਼ ਜਿਹੜੀ ਹੈ ਤੁਹਾਡੇ ਵੱਲੋਂ ਲਿਆਈ ਜਾਏਗੀ? ਦੇਖੋ ਜੀ, ਪਹਿਲਾਂ ਤਾਂ ਸਾਡੀ ਕੋਸ਼ਿਸ਼ ਆ ਵੀ ਜਿਹੜਾ ਨਾਲ ਦਾ ਪਲਾਟ ਹੈਗਾ ਸਾਨੂੰ ਗੌਰਮੈਂਟ ਅਲੋਟ ਕਰ ਦਿੰਦੀ ਹੈ, ਬਹੁਤ ਵੱਡਾ ਪ੍ਰੋਜੈਕਟ ਆ ਅਤੇ ਅਸੀਂ ਉਹਦੇ 'ਚ ਕੋਸ਼ਿਸ਼ ਕਰ ਰਹੇ ਹਾਂ ਬਈ ਥੱਲੇ ਕਾਰ ਪਾਰਕਿੰਗ ਬਣਾਈਏ ਤਾਂ ਕਿ ਜਿਹੜਾ ਆਲੇ ਦੁਆਲੇ ਦਾ ਏਰੀਆ ਸਾਰਾ ਉਹਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ, ਕਿਉਂਕਿ ਰਿਹਾਇਸ਼ੀ ਏਰੀਆ ਸਾਡੇ ਨਾਲ ਗੱਡੀਆਂ ਬਾਹਰ ਖੜ੍ਹਦੀਆਂ ਨੇ ਅਤੇ ਤਾਂ ਕਿ ਥੱਲੇ ਬੇਸਮੈਂਟ ਦੇ ਵੀ ਗੱਡੀਆਂ ਖੜ੍ਹਨ ਅਤੇ ਉਹਦੇ ਵਿੱਚ ਉੱਪਰ ਹੋਸਪਿਟਲ ਬਣਾਇਆ ਜਾਵੇ, ਲਿਫਟਾਂ ਲੱਗਣਗੀਆਂ ਵਧੀਆ, ਹੋਸਪਿਟਲ ਵੀ ਅਸੀਂ ਬਹੁਤ ਵਧੀਆ ਬਣਾਉਣ ਦੀ ਕੋਸ਼ਿਸ਼, ਉਹਦੇ ਵਿੱਚ ਰਾਗੀ ਸਿੰਘਾਂ ਵਾਸਤੇ ਕਮਰੇ ਵੀ ਹੋਣਗੇ, ਸੇਵਾਦਾਰਾਂ ਵਾਸਤੇ ਵੀ ਕਮਰੇ ਹੋਣਗੇ, ਇਹ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ। ਸਰ ਲਾਸਟ ਕੁਸ਼ਚਨ, ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਗੁਰਦੁਆਰੇ ਪ੍ਰਤੀ ਕਿ ਵੀ ਆਪਣੇ ਬੱਚਿਆਂ ਨੂੰ ਜਿਹੜਾ ਸਿੱਖੀ ਦੇ ਨਾਲ ਜੁੜਨ, ਗੁਰੂ ਘਰ ਦੇ ਨਾਲ ਜੁੜਨ ਅਤੇ ਹੋਰ ਇਹ ਫੈਸਿਲਿਟੀਆਂ ਜਿਹੜੀਆਂ ਗੁਰਦੁਆਰੇ ਦੇ ਵਿੱਚ ਨੇ ਉਹ ਵੀ ਲੈਣ? ਮੈਂ ਸੰਗਤ ਨੂੰ ਇਹੀ ਕਹਿਣਾ ਚਾਹੁੰਦਾ ਵੀ ਉਹ ਗੁਰੂ ਘਰ ਵਿੱਚ ਆਉਣ ਜੀ, ਡੇਲੀ ਆਉਣ, ਆਪਦੇ ਜਿਹੜੇ ਯੰਗ ਯੂਥ ਆ ਬੱਚੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਆਉਣ, ਉਹਨਾਂ ਨੂੰ ਦੱਸਣ ਵੀ ਸਾਡੇ ਗੁਰੂ ਦੀਆਂ ਕੀ ਕੁਰਬਾਨੀਆਂ ਨੇ, ਕੀ ਕੁਛ ਸਾਡੇ ਧਰਮ ਵਾਸਤੇ ਕੀਤਾ ਉਹਨਾਂ ਨੇ। ਜਿਵੇਂ ਹੁਣ ਪਿੱਛੇ ਸ਼ਹੀਦੀ ਦਿਹਾੜੇ ਸੀਗੇ ਅਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਦੇਖੋ ਵੀ ਸਾਰਾ ਹਿੰਦੁਸਤਾਨ ਮਨਾ ਰਿਹਾ ਸੀ, ਇਕੱਲਾ ਪੰਜਾਬ 'ਚ ਨਹੀਂ ਸੀ ਮਨਾ ਰਿਹਾ, ਦਿੱਲੀ 'ਚ ਚੱਲ ਜਾਓ ਉਹ ਵੀ ਮਨਾ ਸੀ, ਅਤੇ ਹਰ ਜਗ੍ਹਾ 'ਤੇ ਸ਼ਹੀਦੀ ਦਿਹਾੜੇ ਮਨਾਏ ਗਏ ਨੇ। ਦੱਸਿਆ ਗਿਆ ਵੀ ਦੇਖੋ ਕਿੱਡਾ ਵੱਡਾ ਪ੍ਰੋਜੈਕਟ ਸੀ ਜਿਹੜਾ ਮੋਦੀ ਜੀ ਨੇ ਕੀਤਾ, ਵੀਰ ਬਾਲ ਦਿਵਸ, ਉਹ ਵੀ ਸ਼ਹੀਦੀ ਦਿਹਾੜੇ ਨਾਲ ਜੁੜਿਆ ਗਿਆ। ਇਹ ਜਦੋਂ ਉਦੋਂ ਹੀ ਪਤਾ ਲੱਗੇਗਾ ਸਾਡੇ ਨੌਜਵਾਨ ਯੂਥ ਨੂੰ, ਜਦੋਂ ਉਹ ਗੁਰਦੁਆਰਾ ਸਾਹਿਬ ਆਉਣਗੇ, ਸੁਣਨਗੇ, ਕਥਾ ਸੁਣਨਗੇ, ਵਿਚਾਰ ਸੁਣਨਗੇ ਵੀ ਸਾਡੀਆਂ ਕੀ ਸੀ, ਕਿਉਂਕਿ ਸਾਡੀ ਜਿਹੜੀ ਯੂਥ ਆ ਨਾ ਉਹ ਟੁੱਟਦਾ ਜਾ ਰਿਹਾ, ਉਹ ਗੁਰੂ ਘਰ ਨਾਲ ਜੁੜਦਾ ਨਹੀਂ ਹੈ। ਅਸੀਂ ਜੇ ਸਾਡੀ ਕੋਸ਼ਿਸ਼ ਆ, ਸਾਡੀ ਵੀ ਕੋਸ਼ਿਸ਼ ਇਹ ਆ ਵੀ ਜਿਹੜੇ ਹੁਣ ਨੈਕਸਟ ਅਸੀਂ ਯੂਥ ਨੂੰ ਨਾਲ ਜੋੜੀਏ, ਉਹਨਾਂ ਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਦੇਈਏ ਵੀ ਤੁਸੀਂ ਵੀ ਆਹ ਕੰਮ ਕਰਨਾ, ਤੁਸੀਂ ਆਹ ਕੰਮ ਕਰਨਾ, ਅਸੀਂ ਉਹਨਾਂ ਨੂੰ ਗਾਈਡ ਕਰਾਂਗੇ, ਕੰਮ ਉਹ ਕਰਨਗੇ ਤਾਂ ਕਿ ਉਹ ਗਾਹਾਂ ਗੁਰੂ ਘਰ ਦਾ ਖਿਆਲ ਰੱਖਣ, ਉਹਨਾਂ ਦਾ ਇੰਟਰਸਟ ਬਣੇ ਵੀ ਯਾਰ ਅਸੀਂ ਵੀ ਗੁਰੂ ਘਰ ਜਾ ਕੇ ਕੰਮ ਕਰਨਾ, ਸਾਡਾ ਆਹ ਕੰਮ ਆ ਜੀ, ਸਾਡਾ ਆਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕਰਨੀ ਹੈ। ਜਦੋਂ ਅਸੀਂ ਉਹਨਾਂ ਨੂੰ ਦੇਵਾਂਗੇ ਫਿਰ ਉਹ ਕਰਨਗੇ, ਜਿੰਨਾ ਚਿਰ ਅਸੀਂ ਉਹਨਾਂ ਜ਼ਿੰਮੇਵਾਰੀ ਨਹੀਂ ਦਿੰਦੇ, ਕੋਈ ਵੀ ਬੱਚਾ ਅਸੀਂ ਘਰ 'ਚ ਬੱਚੇ ਨੂੰ ਜ਼ਿੰਮੇਵਾਰੀ ਨਾ ਦੇਈ ਉਹ ਕੰਮ ਨਹੀਂ ਕਰਦਾ ਜੀ, ਬਿਲਕੁਲ। ਜਦੋਂ ਅਸੀਂ ਫਾਦਰ ਬੱਚੇ ਨੂੰ ਕਹਿ ਰਹੇ ਵੀ ਬੱਚਾ ਆਹ ਤੇਰੀ ਫੈਕਟਰੀ ਆ ਤੂੰ ਸੰਭਾਲ ਲਈ ਆ ਤੂੰ ਚਲਾਉਣੀ ਆ, ਫਿਰ ਕਰਦਾ ਜਿੰਨਾ ਚਿਰ ਫਾਦਰ ਉੱਥੇ ਬੈਠੇ ਰਹਿੰਦੇ ਆ ਉਹਨਾਂ ਚਿਰ ਬੱਚੇ ਨੂੰ ਹੁੰਦਾ ਚੱਲ ਫਾਦਰ ਬੈਠੇ ਸੰਭਾਲ ਲਿਆ ਮੈਂ ਚੱਲ ਕਦੇ ਗਿਆ ਕਦੇ ਨਾ ਗਿਆ। ਇਸ ਕਰਕੇ ਬੱਚਿਆਂ ਨੂੰ ਵੀ ਅੱਗੇ ਲਿਆਉਣ ਦੀ ਲੋੜ ਆ ਅਤੇ ਬੱਚਿਆਂ ਨੂੰ ਗੁਰੂ ਘਰ 'ਚ ਲਿਆ ਕੇ ਗੁਰਬਾਣੀ ਸੁਣਾਉਣਾ, ਉਹਦੇ ਬਾਰੇ ਦੱਸਣਾ, ਨਿਤਨੇਮ ਕਰਾਉਣਾ, ਗੁਰੂ ਨਾਲ ਜੋੜਨਾ, ਇਹ ਜ਼ਰੂਰੀ ਹੈ। ਠੀਕ ਹੈ, ਹਾਂਜੀ। ਸੋ ਕਿਵੇਂ ਕਿ ਗੁਰੂ ਘਰ ਦੇ ਵਿੱਚ ਜਿਹੜਾ ਸੋਲਰ ਪਲਾਂਟ ਲੱਗਿਆ ਅਤੇ ਕਾਫ਼ੀ ਕੁਛ ਜਿਹੜਾ ਇਸ ਤੋਂ ਫਾਇਦਾ ਹੋਣ ਵਾਲਾ ਹੈ, ਲਗਾਤਾਰ ਬਿੱਲ ਦੀ ਖਪਤ ਵੀ ਕਾਫ਼ੀ ਹੁੰਦੀ ਸੀ ਪਰ ਹੁਣ ਜਿਹੜਾ ਉਹ ਘੱਟ ਕੇ ਉਹੀ ਜਿਹੜੇ ਫੰਡ ਨੇ ਉਹੀ ਲੋਕਾਂ ਦੀ ਸੇਵਾ ਦੇ ਵਿੱਚ ਲੱਗੇਗਾ। ਗੁਰੂ ਘਰ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਬਹੁਤ ਵਧੀਆ ਜਿਹੜਾ ਗੁਰਦੁਆਰੇ ਸਾਹਿਬ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ, ਜੈ ਕੁਮਾਰ, ਕੈਮਰਾਮੈਨ ਵਿਪਿਨ ਬੱਸੀ।